ਮਠਿਆਈ ਵਾਲੀ ਦੁਕਾਨ ਤੇ ਜਾਓ ਉਹਨਾਂ ਨੇ ਸ਼ੀਸ਼ੇ ਵਿੱਚ ਲਈਆਂ ਹੁੰਦੀਆਂ ਸੈਂਪਲ ਰੱਖਿਆ ਹੁੰਦਾ ਆ ਕੀ ਹੈ ਇਹ ਰਸਗੁੱਲੇ ਥੋੜੇ ਜਿਹੇ ਪਏ ਆ ਆ ਕੀ ਹੈ ਥੋੜੀ ਜਿਹੀ ਬਰਫੀ ਰੱਖੀ ਬੈਠਾ ਆ ਕੀ ਹੈ ਆ ਬਾਲੂ ਸ਼ਾਹੀਆਂ ਰੱਖੀ ਬੈਠਾ ਥੋੜੀਆਂ ਜੀਆਂ ਰੱਖੀ ਬੈਠਾ ਨਾ ਇੱਧਰ ਸੁਣੋ ਉਹਨੂੰ ਕੀ ਕਹਿੰਦੇ ਆ ਸੈਂਪਲ ਉਹ ਤੇ ਸੈਂਪਲ ਹੁੰਦਾ ਹੈ ਤੇ ਜਿਹੜਾ ਉਹਦਾ ਸਾਰਾ ਮਾਲ ਹੈ ਉਹ ਸਾਰਾ ਜਿਹੜਾ ਉਹਦਾ ਸਮਾਨ ਹੁੰਦਾ ਹੈ ਉਹ ਉਹਨੇ ਕਿ ਸ਼ੀਸ਼ਿਆਂ 'ਚ ਹੁੰਦਾ ਕਿ ਜੇ ਅੰਦਰ ਰੱਖਿਆ ਹੁੰਦਾ ਕਿਤੇ ਸਟੋਰ ਵਿੱਚ ਬੋਲੋ ਗੱਜ ਕੇ ਸਟੋਰ 'ਚ ਹੁੰਦਾ ਨਾ ਜੁੱਤੀਆਂ ਖਰੀਦਣ ਚਲੇ ਜਾਓ ਉਹ ਜਿਹੜੀਆਂ ਸਾਹਮਣੇ ਪਈਆਂ ਹੁੰਦੀਆਂ ਨਾਪ ਰੱਖਣਾ ਉਹ ਹੋਰ ਹੈ ਪਰ ਬਾਕੀ ਅੰਦਰ ਹੋਰ ਸਟੋਰ ਕਿਤੇ ਕੱਪੜੇ ਵਾਲਿਆਂ ਕੋਲ ਜਾਓ ਥੋੜਾ ਜਿਹਾ ਬਾਹਰ ਹੁੰਦਾ ਬਾਕੀ ਸਟੋਰ ਅੰਦਰ ਹੁੰਦਾ ਇਹ ਸਿੰਪਲ ਹੁੰਦਾ ਹੈ ਆ ਗੁਰਬਾਣੀ ਦੇ ਗੁਣ ਆ ਗਿਆਨ ਐਦਾਂ ਬਹਿ ਕੇ ਸਿੱਖਣਾ ਇਹ ਤੇ ਸਿੰਪਲ ਹੈ ਸਟੋਰ ਵਾਲਾ ਕਿੱਥੇ ਬੋਲੋ ਸਟੋਰ ਕਿੱਥੇ ਹੈ ਸਾਰੀ ਕੁਦਰਤ ਜਿਹਦੇ ਵਿੱਚ ਸਾਰੇ ਬ੍ਰਹਿਮੰਡ ਆਉਂਦੇ ਹੈ ਸਾਰਾ ਕੁਛ ਸਟੋਰ ਹੈ ਸਿੱਖਣ ਵਾਲਾ ਡਿੱਗਦੇ ਪੱਤੇ ਤੋਂ ਵੀ ਸਿੱਖਦਾ ਤੁਰੀਆਂ ਜਾਂਦੀਆਂ ਕੀੜੀਆਂ ਤੋਂ ਵੀ ਸਿੱਖਦਾ ਆ ਜਿਹੜਾ ਟੇਸਟ ਕਰਾਇਆ ਨਾ ਆ ਟੇਸਟ ਕਰਾਇਆ ਕਬੀਰ ਰੋੜਾ ਹੋਏ ਰਹੁ ਬਾਟ ਕਾ ਤਜ ਮਨ ਕਾ ਅਭਿਮਾਨ ਕੀੜੀ ਤੋਂ ਸਿੱਖਿਆ ਜਾ ਰਿਹਾ ਇਹ ਵੀ ਕੁਦਰਤ ਚੋਂ ਆਇਆ ਹੈ ਸੈਂਪਲ ਵੀ ਕੁਦਰਤ ਚੋਂ ਆਇਆ ਹੈ ਜਿੰਨਾ ਗੁਰੂ ਸਾਹਿਬ ਨੇ ਗਿਆਨ ਦਿੱਤਾ ਐਗਜੈਂਪਲਾਂ ਦਿੱਤੀਆਂ ਆ ਕੁਦਰਤੀ ਢਾਂਚੇ ਨੂੰ ਵੇਖ ਵੇਖ ਕੇ ਉਹ ਵੇਖ ਕੀੜੀ ਤੁਰੀ ਜਾਂਦੀ ਸਿੱਖ ਰੋੜੇ ਤੋਂ ਸਿੱਖ ਮਿੱਟੀ ਤੋਂ ਸਿੱਖ ਪਾਣੀ ਤੋਂ ਸਿੱਖ ਹਰੇਕ ਚੀਜ਼ ਤੋਂ ਸਿੱਖ ਕੁਦਰਤ ਦੇ ਵਿੱਚ ਭਰਿਆ ਪਿਆ ਜੇ ਸਿੱਖਣ ਵਾਲਾ ਹੋਵੇ ਬੰਦਾ ਡਿੱਗਦੇ ਪੱਤੇ ਤੋਂ ਸਿੱਖਦਾ ਹੈ ਟੁੱਟਦੇ ਤਾਰੇ ਤੋਂ ਸਿੱਖਦਾ ਹੈ ਹਰ ਚੀਜ਼ ਤੋਂ ਸਿੱਖਦਾ ਹੈ ਆ ਸਟੋਰ ਹੀ ਸਟੋਰ ਹੈ ਸਿੱਖਣ ਵਾਲੇ ਕੁਦਰਤ ਵਿੱਚ ਕਿਤੋਂ ਵੀ ਸਿੱਖ ਲੈਂਦੇ ਹੈ ਆ ਸੈਂਪਲ ਇੰਨਾ ਹੀ ਨਹੀਂ ਇੰਨਾ ਕੀ ਹੈ ਇੱਥੇ ਹੀ ਸਾਧ ਸੰਗ ਇੱਥੇ ਹੀ ਬੰਦੇ ਬਣੋਗੇ ਉਹ ਨਹੀਂ ਕਈ ਬੰਦੇ ਕੁਦਰਤ ਦੇ ਵਿੱਚ ਆਪਣੀ ਮਾਂ ਤੋਂ ਸਿੱਖ ਕੇ ਬੰਦਾ ਬਣ ਗਿਆ ਕਈ ਪਿਓ ਤੋਂ ਸਿੱਖ ਕੇ ਬੰਦਾ ਬਣ ਗਿਆ ਜਿਨ੍ਹਾਂ ਨੇ ਬੰਦੇ ਬਣਨਾ ਹੈ ਨਾ ਉਹ ਤੇ ਭਾਈ ਕੀੜੀਆਂ ਤੋਂ ਸਿੱਖ ਕੇ ਬੰਦੇ ਬਣ ਗਏ ਹੈ ਉਹ ਤੇ ਕੁੱਤਿਆਂ ਤੋਂ ਸਿੱਖ ਕੇ ਗੁਰੂ ਤੇਗ ਬਹਾਦਰ ਸਾਹਿਬ ਕੁੱਤੇ ਨੂੰ ਵੇਖ ਕੇ ਸਾਨੂੰ ਸਿਖਾਉਂਦੇ ਹੈ ਸਵਾਮੀ ਕੋ ਗਹਿ ਜਿਉ ਸਦਾ ਆਵੇਕ ਸਵਾਨ ਤਜਤ ਨਹੀਂ ਨਿਤ ਰਾਤੀ ਜਾਗਣ ਭਗਤ ਸਤਾਵਣ ਰਾਤੀ ਜਾਗਣ ਕੁੱਤੇ ਤੇਥੋਂ ਉੱਤੇ ਮਾਲਕ ਦਾ ਦਰ ਕਦੇ ਨਾ ਛੱਡਦੇ ਭਾਵੇਂ ਵੱਜਣ ਜੁੱਤੇ ਤੇਥੋਂ ਉੱਤੇ ਰੁੱਖੀ ਮਿੱਸੀ ਖਾ ਕੇ ਜਾ ਰੂੜੀ ਤੇ ਸੁੱਤੇ ਤੇਥੋਂ ਉੱਤੇ ਉੱਠ ਬੁੱਲਿਆ ਉੱਠ ਨਾਮ ਧਿਆਲਾ ਨਹੀਂ ਤੇ ਬਾਜੀ ਲੈ ਗਏ ਕੁੱਤੇ ਤੇਥੋਂ ਉੱਤੇ ਤੇ ਜੇ ਬਾਬਾ ਬੁੱਲਾ ਜੀ ਵੇਖਦੇ ਆ ਕੁੱਤੇ ਵੱਲ ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਵੇਖਦੇ ਆ ਇਹ ਕੁਦਰਤ ਉਹ ਕੀੜੀਆਂ ਵੀ ਕੁਦਰਤ ਚਾਹੁੰਦੀਆਂ ਹੈ ਕੁੱਤੇ ਵੀ ਕੁਦਰਤ ਚਾਹੁੰਦੇ ਆ ਜਿਹੜਾ ਸਿੱਖਣ ਵਾਲਾ ਹੋਇਆ ਤੂੰ ਸਿੱਖਣ ਵਾਲਾ ਬਣ ਜਾ ਤੈਨੂੰ ਹਰ ਚੀਜ਼ ਸਿਖਾਊ ਤੇ ਜੇ ਤੂੰ ਸਿੱਖਣ ਵਾਲਾ ਨਾ ਬਣਿਆ ਤੂੰ ਗੁਰੂ ਰਾਮਦਾਸ ਦੇ ਘਰ ਜੰਮ ਬਣ ਫਿਰਤੀ ਜੰਦ ਜੇ ਤੂੰ ਸਿੱਖਣ ਵਾਲਾ ਨਹੀਂ ਤੂੰ ਆਪਣੇ ਪਿਤਾ ਗੁਰੂ ਰਾਮਦਾਸ ਆਪਣੇ ਨਾਨਾ ਗੁਰੂ ਅਮਰਦਾਸ ਆਪਣਾ ਭਰਾ ਗੁਰੂ ਅਰਜਨ ਦੇਵ ਆਪਣਾ ਭਤੀਜਾ ਗੁਰੂ ਹਰਗੋਬਿੰਦ ਸਾਹਿਬ ਜੇ ਮੈਂ ਫਿਰਤੀ ਜੰਦ ਹੋਇਆ ਇੰਨੀਆਂ ਰਿਸ਼ਤੇਦਾਰੀਆਂ ਹੋਣ ਦੇ ਬਾਵਜੂਦ ਵੀ ਮੈਂ ਕੱਖ ਨਹੀਂ ਸਿੱਖ ਸਕਣਾ ਮੈਂ ਜੰਮਿਆ ਗੁਰੂ ਰਾਮਦਾਸ ਦੇ ਘਰ ਫਿਰਤੀ ਜੰਦਾ ਮੈਂ ਨਹੀਂ ਸਿੱਖਣਾ ਚਾਹੁੰਦਾ ਮੈਨੂੰ ਕੋਈ ਕਿਵੇਂ ਸਿਖਾ ਦੂ ਫਿਰ ਤੇ ਜਿਹੜਾ ਸਿੱਖਣਾ ਚਾਹੁੰਦਾ ਹੈ ਉਹ ਪੱਤੇ ਤੋਂ ਸਿੱਖਦਾ ਹੈ ਉਹ ਕੀੜੇ ਤੋਂ ਸਿੱਖਦਾ ਹੈ ਉਹ ਕੁੱਤੇ ਤੋਂ ਸਿੱਖਦਾ ਹੈ ਉਹ ਪਸ਼ੂ ਤੋਂ ਸਿੱਖਦਾ ਹੈ ਤੇ ਬੰਨਾ ਕੀ ਪੈਣਾ ਫਿਰ ਵੀ ਗੁਰੂ ਰਾਮਦਾਸ ਕਰ ਜੰਮਾ ਮੈਂ ਇਹ ਇਹਦੀ ਮੈਂ ਡਿਮਾਂਡ ਕਰੀਏ ਕਿ ਮੈਂ ਸਿੱਖ ਬਣਾ ਇਹਦੀ ਡਿਮਾਂਡ ਕਰੀਏ ਜੰਮ ਕੇ ਕੀ ਹੋ ਜਾਣਾ ਜੰਮਿਆ ਹੀ ਸੀ ਪ੍ਰਿਥੀ ਚੰਦ ਜੰਮ ਕੇ ਕੀ ਹੋ ਜਾਣਾ ਜੰਮਿਆ ਹੀ ਸੀ ਰਾਮ ਰਾਏ
ਸਰੀਰ ਦੇ ਜੰਮ ਕੇ ਕੀ ਹੋ ਜਾਣਾ ਨੇੜੇ ਲੱਗ ਜਾ ਮੇਰੇ ਵਰਗੇ ਰਹਿੰਦੇ ਨਹੀਂ ਗੁਰਦੁਆਰਿਆਂ ਚ ਉਹ ਰੱਬਾ ਕਦੇ ਮੈਨੂੰ ਵੀ ਨੇੜੇ ਲਾ ਮੈਨੂੰ ਵੀ ਤੀਰਥਾਂ ਦੇ ਦਰਸ਼ਨ ਕਰਾ ਰਹਿੰਦੇ ਨਹੀਂ ਲੋਕੀ ਤੀਰਥਾਂ ਦੇ ਉਹ ਵੀ ਬੰਦੇ ਨੇ ਉਹ ਵੀ ਤੀਰਥਾਂ ਤੇ ਰਹਿੰਦੇ ਐ ਪਰ ਜਿਨੇ ਨਹੀਂ ਬਦਲਣਾ ਉਹਨੇ ਤੀਰਥ ਤੇ ਰਹਿ ਕੇ ਵੀ ਬੋਲੋ ਯਾਰ ਉਹਨੇ ਗੁਰੂ ਰਾਮਦਾਸ ਦੇ ਘਰ ਜੰਮ ਕੇ ਵੀ ਗੁਰੂ ਹਰਿ ਰਾਏ ਸਾਹਿਬ ਦੇ ਘਰ ਜੰਮ ਕੇ ਵੀ ਉਹ ਸੱਚ ਤੇ ਇਹ ਆ ਜੇ ਬਦਲਣ ਤੇ ਆ ਗਿਆ ਤੂੰ ਫਿਰ ਤੇ ਕੀੜੀ ਨੂੰ ਵੇਖ ਕੇ ਵੀ ਬਦਲ ਜਾਏਗਾ ਪੂੰਜ ਨੂੰ ਵੇਖ ਕੇ ਵੀ ਬਦਲ ਜਾਏਗਾ ਕੁੱਤੇ ਨੂੰ ਵੇਖ ਕੇ ਵੀ ਸਿੱਖ ਜਾਏਗਾ ਜੇ ਸਿੱਖਣਾ ਨਹੀਂ ਚਾਹੁੰਦਾ ਫਿਰ ਤੂੰ ਜਿੱਥੇ ਮਰਜ਼ੀ ਹੋ ਜਾ ਫਿਰ ਨਹੀਂ ਸਿਖਾਇਆ ਨਹੀਂ ਜਾ ਸਕਦਾ ਸਿੱਖਣਾ ਪੈਂਦਾ ਗੁਣ ਦਿੱਤੇ ਨਹੀਂ ਜਾ ਸਕਦੇ ਗੁਣ ਲੈਣੇ ਪੈਂਦੇ ਆ